ਅੱਜ ਤਾਂ ਦੇਣੀ ਅੱਖ ਲੱਗ ਗਈ। ਸਾਰੇ ਨਾ ਅੱਖਾਂ ਹੀ ਲਾਉਂਦਾ ਰਿਹਾ ਕਰ। ਕੀ ਹੋ ਗਿਆ ਤੈਨੂੰ? ਕੀ ਹੋ ਗਿਆ ਤੈਨੂੰ? ਬਾਹਰ ਨਾ ਕਈ ਉੱਗ ਸੁੱਗ ਰੱਖੀ। ਕੀ ਕਰਦੀ ਤੇਰੀ ਮਾਂ? ਕੀ ਕਰਤਾ ਮੇਰੀ ਮਾਂ ਨੇ? ਤੈਨੂੰ ਕਾਹਨੂੰ ਪਤਾ ਲੱਗਦਾ? ਤੂੰ ਤਾਂ ਸੌਂ ਜਾ ਕਰ, ਕੁੰਭਕਰਨ ਵਾਂਗੂ 6 ਮਹੀਨੇ ਆਇਆ ਟੁੱਟਿਆ ਕਰ। ਗੱਲ ਕੀ ਹੋ ਗਈ, ਗੱਲ ਦੱਸੇਂਗੀ? ਹੋਣਾ ਕੀ ਆ, ਤੜਕੀ ਨਿਕਲ ਗਈ ਝੋਲਾ ਲੈ ਕੇ। ਮੈਨੂੰ ਤਾਂ ਲੱਗਦਾ ਨਾ ਕਿਤੇ ਠੇਕਾ ਠੁੱਕਾ ਮਿਲਿਆ। ਆ ਪਹਿਲਾਂ ਤਾਂ ਬੱਟੜ ਨੂੰ ਦੇ ਕੇ ਹੋਣੀ ਨੋਟ, ਹੁਣ ਮੈਨੂੰ ਲੱਗਦਾ ਧੀ ਕੋਲੇ ਨਿਕਲੀ ਆ। ਮਾੜੀ ਮੋਟੀ ਉੱਗ ਸੁੱਗ ਲੈ ਲਿਆ ਕਰ। ਏਦਾਂ ਹੀ ਨਾ ਤੂੰ ਵਹਿਮ ਕਰਿਆ ਕਰ, ਉਹਨੇ ਤਾਂ ਹੁਣ ਘਰ ਤੋਂ ਬਾਹਰ ਜਾਣਾ ਹੀ ਹੈ, ਕੰਮ ਕਰ। ਵੀ ਜਾਣਾ ਤਾਂ ਹੈਗਾ, ਤੇਰੀ ਗੱਲ ਮੰਨ ਲਈ, ਉਹਦੀ ਕਦੋਂ ਨਿਕਲ ਜਦੋਂ ਠੇਕਾ ਮਿਲਦਾ। ਅੱਗੇ ਨਹੀਂ ਜਾਂਦੀ, ਪਿੱਛੇ ਨਹੀਂ ਜਾਂਦੀ। ਉਹਦੇ ਪੈਸੇ ਨੇ, ਕੁਛ ਮਰਜ਼ੀ ਕਰੇ ਉਹ। ਆਹੋ ਨਾ, ਤੁਸੀਂ ਕੁਛ ਨਹੀਂ ਲੱਗਦੇ ਜ਼ਮੀਨ ਦੇ, ਅੱਧ ਦੇ ਮਾਲਕ ਹੋ, ਅੱਧ ਦੇ ਉਹਦੇ ਪੈਸੇ ਨੇ, ਨਾਲੇ ਹੋਰ ਅਸੀਂ ਤਾਂ ਸਿਰ ਤੇ ਚੜ ਰਹੀ ਹੈ ਬੱਡੜ, ਤੇ ਤੁਸੀਂ ਐ ਪੱਖ ਪੂਰਦੇ ਹੋ। ਆਹੀ ਤੇਰੀ ਬੋਲਬਾਣੀ ਨੇ ਦੂਰ ਕਰੀ ਆ ਉਹ, ਮੇਰਾ ਤਾਂ ਬਾਲੀ ਕਰਦੀ ਸੀ ਉਹ। ਮੈਨੂੰ ਪਤਾ ਹੀ ਹੈ ਕਿੰਨਾ ਕੁ ਕਰਦੀ ਸੀ, ਜਾਣਦੀ ਆ ਮੈਂ। ਕਦੇ ਤੈਨੂੰ 5 ਰੁਪਏ ਦੀ ਚੀਜ਼ ਤਾਂ ਲਿਆ ਕੇ ਦਿੱਤੀ ਮੇਰੇ ਸਾਹਮਣੇ, ਮਾਰਦਾ ਗੱਲਾਂ ਵੱਡੀਆਂ। ਤੈਨੂੰ ਜ਼ਿਆਦਾ ਪਤਾ ਹੈ ਲਿਆ ਕੇ ਦਿੱਤੀ ਸੀ ਕਿ ਨਹੀਂ? ਮੈਨੂੰ ਪਤਾ ਹੀ ਹੈ, 8 ਸਾਲ ਹੋ ਗਏ ਮੈਨੂੰ ਵਿਆਹ ਕੇ ਆਈ ਨੂੰ। ਵੱਡੀ ਨੂੰ ਹੀ ਪੂਜਦੀ ਰਹਿੰਦੀ ਹੈ, ਇੱਕ ਉਹਦੀ ਕਿੰਗਰੀ ਜੀ ਹੈ, ਉਹਨੀ ਲੋਟ ਆਉਂਦੀ ਹੈਗੀ। ਹੁਣ ਤਾਂ ਬੜੀਆਂ ਸਕੂਟਰੀਆਂ ਦਵਾਤੀਆਂ ਨਾ, ਸਾਡੇ ਵੇਰੇ ਕੀ ਅੱਗ ਲੱਗ ਗਈ ਸੀ। ਤੂੰ ਬੋਲ ਤਾਂ ਚੱਜ ਨਾਲ ਲਿਆ ਕਰ, ਉਹਨੂੰ ਬੋਲਣ ਦਾ ਤੈਨੂੰ ਨਹੀਂ ਪਤਾ? ਨਾ ਮੈਂ ਤਾਂ ਹੈ ਨਹੀਂ ਪਤਾ। ਐਵੇਂ ਕਿਵੇਂ ਬੋਲੇਂਗੀ ਤੂੰ? ਥੱਪੜ ਵੀ ਖਾਏਂਗੀ ਮੇਰੇ ਤੋਂ ਕਿਸੇ ਦਿਨ? ਹੱਥ ਦਾ ਲਾ ਕੇ ਵੇਖ, ਮਾਰਦਾ ਗੱਲਾਂ ਵੱਡੀਆਂ ਵੱਡੀਆਂ, ਮੈਨੂੰ ਹੀ ਕੁੱਟਣ ਦਾ ਰਹੀ, ਆਪਣੀ ਮਾਂ ਨੂੰ ਲੱਗੋ ਸਾਕੀ, ਸਾਰਾ ਪਰ ਵੱਡੜ ਨੂੰ ਲੜਾਈ। ਚੁੱਪ ਕਰ ਜਾ, ਪਰੇ ਹੋ ਜਾ, ਦਬਾ ਦੇ ਦੋ ਹੋ ਜਾ ਨਾਲੇ ਹੋਰ ਬਾਜਾ। ਆਪਣੇ ਵਿੱਚ ਦੋ ਦੋ ਵਾਰੀ ਸਾਫ ਕਰਨੀਆਂ ਪੈਂਦੀਆਂ ਨੇ ਜਾਲੀਆਂ ਦੇ, ਵੀ ਖਾਨਾ ਚੜ ਜਾਂਦਾ। ਕਰਨ ਦਾ ਪਤਾ ਨੀ ਗੱਲਾਂ ਸੁਮਨ ਦਾ। ਆਪਾਂ ਤਾਂ ਜਿਹੜਾ ਤੇਰੇ ਬੇਬੇ ਨੇ ਸੂਟ ਲੈ ਉਹ ਆ ਜਾ, ਮੇਰੀ ਮਾਂ ਦਾ ਉਹ ਸੀਮਟ। ਹੈਲੋ, ਮੇਰੀ ਗੱਲ ਸੁਣ, ਆ ਲੋਕਾਂ ਵਰਗਾ ਕੰਮ ਨਹੀਂ ਹੈਗਾ ਆਪਣਾ। ਲੋਕ ਤਾਂ ਦੂਜਿਆਂ ਤੇ ਆਸਾ ਰੱਖਦੇ ਨੇ, ਮੈਨੂੰ ਤਾਂ ਤੇਰੇ ਜਮਾਈ ਨੇ ਲਿਆ ਕੇ ਦਿੱਤੇ ਬੇਬੇ, ਉਹ ਵੀ 5-5 ਹਜ਼ਾਰ ਵਾਲੇ। ਆਹੋ ਹਾਂ, ਨਾਲੇ ਆਪਣਾ ਕਿਹੜਾ ਲੋਕਾਂ ਵਾਲਾ ਕੰਮ ਹੈ। ਹਾਂ ਆਪਾਂ ਤਾਂ ਆਪਦੇ ਦਮ ਤੇ ਐਸ਼ ਕਰਦੇ ਆ। ਹਾਂ ਪਤਾ ਨਹੀਂ ਫਿਰ ਤੈਨੂੰ ਪਰਮਾ ਅੱਜ ਕੱਲ ਲੋਕਾਂ ਦਾ ਨੀ। ਕਿਹਨੂੰ ਸੁਣਾਈ ਜਾਂਦੀ ਹੈ, ਕਿਹੜੇ ਸੂਟ ਲੈਂਦੇ ਨੇ? ਹਜੇ ਤਾਂ ਵਿਚਾਰੇ ਦੇ ਸਿਰ ਤੋਂ ਕਰਜ਼ਾ ਨਹੀਂ ਉਤਰੇ, ਤੈਨੂੰ ਇੰਨੇ ਮਹਿੰਗੇ ਸੂਟ ਉਹ ਕਿੱਥੋਂ ਲਿਆ ਦੂਗਾ ਨੀ, ਕਿਤੇ ਚੋਰੀ ਚਾਰੀ ਨਾ ਕਰ ਲਿਆ ਹੋਵੇ ਕਿਸੇ ਦੀ। ਲੈ ਦੱਸ ਭੈਣੇ, ਮੈਂ ਤਾਂ ਕਿਹਨੂੰ ਸੁਣਾਉਣੇ ਆ। ਓਹ ਪਤਾ ਕੀ ਆ, ਤੈਨੂੰ ਪਤਾ ਤੀਆਂ ਦਾ ਧਿਆਨ ਚੱਲ ਰਿਹਾ, ਮੇਰੀ ਬੇਬੇ ਕਹਿੰਦੀ ਮੈਂ ਸੂਟ ਲੈ ਕੇ ਆਉਣੀ ਆ 5-5 ਹਜ਼ਾਰ ਵਾਲੇ। ਮੈਂ ਮੇਰੀ ਬੇਬੇ ਨੂੰ ਕਿਹਾ ਵੀ ਆਪਾਂ ਕੀ ਕਰਾਉਣਾ ਹੈ, ਵੀ ਮੇਰੇ ਤਾਂ ਘਰ ਆਏ ਬਥੇਰੇ ਸੂਟ, ਭੈਣੇ ਪੂਰੇ 10 ਹਜ਼ਾਰ ਦੇ ਲਿਆ ਕੇ ਦਿੱਤਾ। ਨਾਲੇ ਤੂੰ ਜਿਹੜੀ ਚੋਰੀ ਵਾਲੀ ਗੱਲ ਕਰਦੀ ਨਾ, ਸਾਡੇ ਨੀ ਰਿਵਾਜ ਹੈਗਾ ਚੋਰੀ ਚੁਰੀ ਦਾ, ਉਹ ਤਾਂ ਭੈਣੇ ਤੇਰੀ ਪੇਕਿਆਂ ਤੇ ਹੋਣਾ ਰਿਵਾਜ। ਨਾਲੇ ਤੈਨੂੰ ਪਤਾ ਹੀ ਹੈ ਮੇਰੇ ਪੇਕੇ ਕਿੰਨੀ ਪਹੁੰਚ ਦੇ ਮਾਲਕ ਨੇ, ਹਨਾ? ਮੇਰਾ ਵੱਡਾ ਵੀਰ ਤਾਂ ਪਟਵਾਰੀ ਲੱਗਿਆ ਹੋਇਆ। ਨਹੀਂ ਮੈਨੂੰ ਪਤਾ ਹੀ ਹੈ ਜਿਹੜਾ ਪਟਵਾਰੀ ਲੱਗਿਆ, ਛੋਟਾ ਪਟਵਾਰੀ ਲੱਗਿਆ ਹੋਇਆ, ਤਾਂ ਹੀ ਸੱਸ ਤੋਂ ਮੰਗਾਂ ਮੰਗਾਂ ਪਾਉਣੀ ਹੈ। ਹਾਂ ਪੈਸੇ ਖਿੱਚਣ ਦੀ ਵਿਉਂਦਾ ਹੈ ਆਪੀ ਲਿਆ ਤੇ ਗੱਲ ਨਾਲ ਦੇਖ 6-6 ਹਜ਼ਾਰ ਦੇ।
ਇੰਨੇ ਸੋਹਣੇ ਸੋਹਣੇ ਨੇ ਚਾਚੀ, ਮੈਨੂੰ ਪਤਾ ਹੀ ਆ ਕਿਹੜੇ ਸੋਹਣੇ ਸੋਹਣੇ ਨੇ। ਦੇਖੀ ਲੋਕ ਕਿਵੇਂ ਮੱਚਣਗੇ, ਜ਼ਿਆਦਾਤਰ ਤਾਂ ਵੈਸੇ ਵੀ ਗਵਾਂਢੀ ਮੱਚਦੇ ਹੁੰਦੇ ਆ, ਦੰਦ ਕੱਢੀ ਜਾਂਦੀ ਆ। ਤੇਰੀਆਂ ਗੱਲਾਂ ਤੋਂ ਹਾਸੀ ਆਉਂਦੀ ਹੈ। ਸਾਰਾ ਦਿਨ ਦੰਦ ਕੱਢਦੀ ਰਹਿੰਦੀ, ਇਹਨੂੰ ਪੜਾ ਲਿਖਾ ਲੈ, ਇਹ ਗੱਲਾਂ ਦਾ ਸਵਾਦ ਨਾ ਦਿਆ। ਪੜ੍ਹਦੀ ਅਗਲੀ ਪਲੱਸ ਟੂ ਚ, ਪਲੱਸ ਟੂ ਚ ਕੋਈ ਜੰਮਿਆ ਹੁੰਦਾ ਤਾਂ ਪਤਾ ਹੁੰਦਾ ਤੈਨੂੰ। ਕੱਲੀ ਜ਼ਿੰਦਗੀ ਐਸ਼ ਚ ਰਹਿ ਜੂਗੀ, ਅੱਗਾ ਨੀ ਵਧਦਾ ਹੁੰਦਾ ਫੇਰ। ਕੋਈ ਨਾ, ਨਾਲੇ ਨੀ ਮੇਰੀ ਗੱਲ ਸੁਣ, ਇੱਕ ਤੈਨੂੰ ਹੋਰ ਦੱਸਾਂ ਸੱਚੀ। ਦੇਖ ਭੈਣੇ, ਮੇਰਾ ਤਾਂ ਨਾਂ ਲੈ ਨਾ ਦੇਈ, ਚੱਲ ਆਪਾਂ ਤਾਂ ਦਰਾਣੀਆਂ ਜਠਾਣੀਆਂ ਸੌ ਵਾਰੀ ਊਚ ਨੀਚ ਖੜਦੀਆਂ, ਨਾਲੇ ਤੇਰੇ ਘਰ ਵਾਲੇ ਨੂੰ ਸਮਝਾ ਲੈ ਥੋੜਾ ਜਿਹਾ। ਮੈਨੂੰ ਹੁਣ ਕੀ ਪਤਾ, ਦੇਖ ਮੇਰੀ ਭੈਣ ਕੇ ਚੱਲ ਲੜਾਈ ਪੜਾਈ ਆਪਣੀ ਜਗ੍ਹਾ, ਦੇਖ ਜੇ ਇੱਕ ਦੂਜੇ ਦੇ ਘਰ ਪੱਟਦੇ ਹੋਏ ਭੈਣ ਬਣ ਕੇ ਮਾੜੀ ਜੀ ਉਗ ਸੁਗ ਲੈ ਕੇ ਦੱਸਦੀ ਕਿੱਥੇ ਗਿਆ ਸੀ। ਬਾਹਰ ਫਿਰਦਾ ਤਾਂ ਨੀ ਪਤਾ, ਇਹ ਜਿਹਾ ਬੰਦਾ ਛੜੀਆਂ ਛਟਾਕਾਂ ਜਨਾਨੀਆਂ ਰੱਖ ਕੇ ਕਦੋਂ ਤਲਾਕ ਦੇ ਦੇਣ। ਤੂੰ ਕੀ ਕਹੀ ਜਾਨੀ ਆ, ਸਾਂਭ ਲੈ ਵੇਲਾ, ਪੁੱਛ ਲੈ ਉਹਨੂੰ ਚੰਗੀ ਤਰ੍ਹਾਂ ਖੜਕਾ ਜਾ ਕੇ। ਮੈਂ ਕੀ ਪੁੱਛਾਂ ਹੁਣ, ਨੀ ਚੱਲ ਨੀ ਉਹ ਬੁੜੀ ਆਉਣ ਵਾਲੀ ਹੈਗੀ, ਮੈਂ ਉਹਦੇ ਵਾਸਤੇ ਨਾ ਥੋੜੀ ਉਹ ਕਰਦੀ ਸੀ, ਰੋਟੀ ਰੱਟੀ ਬਣਾਉਂਦੀ ਸੀਗੀ, ਇੱਕ ਤਾਂ ਉਹਦਾ ਮੂੰਹ ਪੱਕਿਆ ਪਿਆ, ਹੁਣ ਮੈਂ ਕਿਹਾ ਚੱਲ ਉਹਨੂੰ ਮੱਖਣੀ ਠੰਡੀ ਹੁੰਦੀ ਉਹਦੇ ਚ ਚੂਰੀ ਵੱਟ ਕੇ ਦੇ ਦੇ। ਕਾਹਨੂੰ ਮਿਰਚਾਂ ਪਾ ਕੇ ਦੇ ਦੇ, ਹੱਦ ਹੋ ਗਈ ਨੀ, ਇੰਨਾ ਖਰਚਾ ਕਰਦੀ ਉਹ ਸਾਡੇ ਤੇ, ਲੈਣੀ ਤੂੰ ਕਰਦੇ ਮੜੀਆਂ ਜਾਲੀਆਂ ਸਾਫ। ਆਹੋ ਕਰ ਲਈ ਗੌਰ ਚਮਕਾ, ਮੇਰਾ ਨਾ ਉਹਨਾਂ ਲਈ ਵੀ ਕਿਤੇ ਕਹਿ ਦੇ ਭਾਬੀ ਉਂਗਲ ਲਾ ਗਈ ਤਾਂ ਕਰ ਲੂੰਗੀ। ਬਚਾ ਲੈ ਮੈਨੂੰ ਇਹਨਾਂ ਚੜੇਲਾਂ ਤੋਂ ਤੇ ਇੱਕ ਮੇਰੇ ਘਰ ਵਾਲੇ ਤੋਂ। ਨੀਤੀ ਹਾਂ, ਆਏ ਕਾਹਨੂੰ ਦੁਖੀ ਹੋਈ ਜਾਨੀ ਹੈ, ਦਬਕਾ ਰੱਖਿਆ ਕਰ। ਚੰਗਾ ਨੀ ਦਿਮਾਗ ਨਾ ਖਾ। ਕਿਉਂ ਬਣ ਗਈ ਨਾ ਭਿੱਜੀ ਬਿੱਲੀ, ਕਿ ਥੰਮ ਮਾਰਦੀ ਸੀ ਬੜਕੋਏ ਫਲਾਉਣਾ ਢਿਮਕਾ ਮਕਾ, ਲੱਗ ਗਈ ਮੇਮਣੀ ਮੰਗਵਾਇਆ ਮੈਂ ਕਰਨਾ ਬਾੜਤੀ ਅੰਦਰ। ਚੱਲ ਚੱਲ ਨੀ ਛੱਡ ਪਰਾ, ਕਿਹੜੇ ਆਪਾਂ ਨੇ ਮਿੱਟੇ ਸਾਫ ਕਰਨੇ ਸੀ, ਰੱਖ ਝਾੜੂ ਇੱਥੇ, ਝਾੜੂ ਇਹਦੀ ਕਿੱਲੀ ਤੇ ਟੰਗਦੇ ਨੇ ਆਪਾਂ।
ਫਿਰ ਹੁਣ ਤਾਂ ਮੇਰੇ ਤੋਂ ਨਾ ਰੰਗ ਕਾਲਾ ਹੋ ਗਿਆ। ਬੱਡੜ ਤਾਂ ਬੁੜੀ ਦੇ ਪੈਸ਼ਨ ਤੇ ਐਸ਼ ਕਰਦੀ ਆ, ਚੰਗਾ ਪਾਰਲਰ ਜਾਂਦੀ ਆ, ਫੇਸ਼ੀਅਲ ਕਰਾਉਂਦੀ ਆ, ਕਦੇ ਕੁਛ ਕਰਾਉਂਦੀ ਆ। ਮੇਰੇ ਵਰਗੀ ਤੋਂ ਤਾਂ ਇੱਕ ਗਾਚੀ ਵੀ ਨਹੀਂ ਲੱਗਦੀ ਹੈਗੀ, ਇੰਨਾ ਬੂਥੇ ਦਾ ਬੁਰਾ ਹਾਲ ਹੋ ਰਿਹਾ। ਮੇਰੇ ਵਾਲੀ ਤਾਂ ਤਨਖਾਹ ਹੀ ਨਹੀਂ ਲੋਟ ਆਉਂਦੀ, ਆਉਂਦੀ ਮਗਰੋਂ ਲੱਗ ਜਾਂਦੀ ਆ ਪਹਿਲਾਂ। ਆ ਗਏ ਤੁਸੀਂ? ਦੱਸ ਕਿੱਥੇ ਗਏ ਸੀ? ਸ਼ਹਿਰ ਗਿਆ ਸੀ। ਅੱਛਾ, ਸ਼ਹਿਰ ਹੀ ਗਿਆ ਸੀ? ਆਹੋ। ਮੈਨੂੰ ਨਹੀਂ ਲੱਗਦਾ ਵੀ ਸ਼ਹਿਰ ਗਿਆ ਸੀ, ਮੈਨੂੰ ਐ ਦੱਸ ਦੇ ਸਾਫ ਸਾਫ ਵੀ ਕਿਹੜੀ ਜਨਾਨੀ ਕੋਲ ਜਾਣਾ। ਕੀ ਪਕਾਈ ਮਾਰੀ ਜਾਂਦੀ ਆ, ਹੋਸ਼ ਹੋਸ਼ ਹੈਗੀਆਂ ਤੂੰ? ਮੈਂ ਤਾਂ ਹੋਸ਼ 'ਚ ਹੀ ਆ, ਮੈਨੂੰ ਲੱਗਦਾ ਤੇਰਾ ਹੋਸ਼ ਗਵਾ ਚੁੱਕੇ। 24 ਘੰਟੇ ਬੋਲੀ ਜਾਊਗੀ ਸਾਰਾ ਦਿਨ ਮੇਰੇ ਨਾਲ। ਹਾਂ ਸੱਚਾ ਬੋਲਦੀ ਆ, ਨਾ ਕਿਹੜੀ ਤੀਵੀਂ ਆ ਜਿਹਦੇ ਕੋਲ ਜਾਣਾ। ਤੈਨੇ ਦੇਖਿਆ ਮੈਨੂੰ ਕਿਸੇ ਨਾਲ ਤੀਵੀਂ ਨਾਲ ਅੱਜ ਤੱਕ? ਜੇ ਮੈਂ ਦੇਖਿਆ ਹੁੰਦਾ ਨਾ, ਮੇਰੀ ਸੌਕਣ ਨੂੰ ਜੁੰਡਿਆਂ ਤਰ੍ਹਾਂ ਫੜ ਲਾਂਦੀ ਮੈਂ। ਬਿਨਾਂ ਦੇਖੇ ਬੋਲੀ ਜਾਂਦੀ ਆ? ਬਿਨਾਂ ਦੇਖੇ ਨਾ, ਮੈਨੂੰ ਐਂ ਦੱਸ ਦੇ ਨਾ ਮੇਰੇ 'ਚ ਕੀ ਕਮੀ ਹੈ। ਤੈਨੂੰ ਰੋਟੀ ਨਹੀਂ ਮਿਲਦੀ, ਪਾਣੀ ਨਹੀਂ ਮਿਲਦਾ, ਕੱਪੜੇ ਨਹੀਂ ਮਿਲਦੇ, ਜਿਹੜਾ ਤੂੰ ਲੋਕਾਂ ਦੀਆਂ ਜਨਾਨੀਆਂ ਕਣੀ ਝਾਕਦਾ ਕੰਜਰਾ। ਤੈਨੇ ਕਦੋਂ ਦੇਖਿਆ ਪਹਿਲਾਂ ਐਂ ਦੱਸ ਮੈਨੂੰ। ਮੈਂ ਮਰ ਜਾਏ ਮੇਰੇ ਤੋਂ ਰੋਣਾ ਮਾਰ, ਆਪਦੀ ਭਰਜਾਈ ਨੂੰ ਜਾ ਕੇ ਪੁੱਛ ਜਿਹਨੇ ਮੈਨੂੰ ਦੱਸਿਆ। ਭਾਬੀ ਨੇ ਕਿਹਾ ਅੱਜ ਕਰਦਾ ਮੈਂ ਉਹਦੇ ਨਾਲ ਗੱਲ ਜਾ ਕੇ। ਜਿਹਦੇ ਨਾਲ ਗੱਲ ਕਰਨੀ ਹੈ ਨਾ ਜਾ ਕੇ ਕਰ ਲਾ। ਚੱਲ ਠੀਕ ਹੈ। ਮਰ ਜਾਣਾ ਨਾ ਹੋਵੇ ਤਾਂ, ਜੇ ਚੱਜ ਦਾ ਹੁੰਦਾ ਮੈਨੂੰ ਕਾਹਨੂੰ ਚੰਦਰੀ ਦੇ ਮਿਹਣੇ ਸੁਣਨੇ ਪੈਣੇ ਸੀ। ਇੱਕ ਬੁੜਖਾਨਾ ਜਾ ਉਹਦੇ ਨਾਲ ਹੀ ਰਲ ਗਈ ਵੀ ਦੱਸ ਮੈਂ ਕਿਤੇ ਦੰਦੀਆਂ ਵੱਢਦੀਆਂ। ਆ ਕੁੜੀ ਜੀ ਵੀ ਪਤਾ ਨੀ ਕੀ ਕਰਦੀ, ਸਾਰਾ ਕੁਛ ਇਕੱਠਾ ਕਰਦੀ ਦੀ ਕਾਗਜ਼ ਇਹਦੇ ਵਿੱਚ ਆ। ਭਾਬੀ ਸਾਰੇ ਦੀ ਭਾਬੀ, ਤੈਨੇ ਹੈਪੀ ਨੂੰ ਕੀ ਕਹਿਤਾ? ਵੇ ਕੀ ਆ ਗਿਆ ਚੜੇ ਚੜੇ ਆ ਗਿਆ ਤੂੰ, ਕੀ ਕਹਿਤਾ ਮੈਂ ਹੈਪੀ? ਭਾਬੀ ਤੂੰ ਮੇਰੇ ਬਾਰੇ ਕੀ ਗਲਤ ਦੇਖ ਲਿਆ ਜਿਹੜਾ ਤੂੰ ਹੈਪੀ ਨੂੰ ਕਹਿਤਾ ਮੇਰੇ ਬਾਰੇ? ਤੈਨੂੰ ਸ਼ਰਮ ਨਹੀਂ ਆਉਂਦੀ ਮੇਰਾ ਘਰ ਜਾੜੇਂਗੀ? ਵੇ ਉਹ ਨਾ ਭਕਾਈ ਮਾਰੀ ਜਾ ਨਾ, ਮੈਂ ਕੀ ਕਹਿਤਾ ਹੈਪੀ ਨੂੰ? ਵੇ ਮੈਂ ਤਾਂ ਉਹਨੂੰ ਬੁਲਾ ਕੇ ਨਹੀਂ ਰਾਜੀ, ਤੂੰ ਕਹਿਣਾ ਮੈਂ ਹੈਪੀ ਨੂੰ ਕੁਛ ਕਹਿਤਾ? ਵੇ ਕਿਸੇ ਨੇ ਬਾਹਰੋਂ ਕੁਛ ਕਹਿਤਾ ਹੋਣਾ, ਮੈਂ ਮੂੰਹ ਨੇ ਕਿਹਾ ਕੁਛ ਵੀ? ਉਹ ਤਾਂ ਤੇਰਾ ਨਾਮ ਲੈ ਰਹੀ ਸੀ। ਮੇਰਾ ਨਾਮ ਲੈ ਰਹੀ ਸੀ ਨਾ, ਮੈਂ ਕੀ ਕਹਿਣਾ ਸੀ? ਭਲਾ ਤੂੰ ਮੇਰੇ ਕੋਲ ਬਗਾਨਾ ਸੀ ਵੀ ਮੈਂ ਉਹਨੂੰ ਕੋਈ ਉਂਗਲ ਲਾਤੀ ਜਾਂ ਕੋਈ ਦੂਸ਼ਣ ਲਾਤਾ? ਦੱਸ ਮੈਨੂੰ, ਮੈਂ ਤਾਂ ਉਹੀ ਨੀ ਕਮਲਿਆ ਤੈਨੂੰ ਕਦੀ ਮਾੜਾ ਚੰਗਾ ਕਿਹਾ। ਫਿਰ ਇਹਦਾ ਮਤਲਬ ਹੈਪੀ ਝੂਠ ਬੋਲ ਰਹੀ ਆ? ਝੂਠ ਬੋਲਦੀ ਹੋਣੀ ਨਾ, ਕੀ ਗੱਲ ਹੋ ਗਈ? ਮੈਂ ਲੈ ਬੇਬੇ ਮੇਰੇ ਮਾਤਾ ਮੇਰੇ ਬਾਰੇ ਗਲਤ ਬੋਲਦੀ ਸੀ। ਲੈ ਦੇਖ ਲਾ, ਇਹਨੂੰ ਸੰਗ ਨਹੀਂ ਆਉਂਦੀ ਮਾੜਾ ਮੋਟਾ। ਹੈ ਸੰਗ ਤੈਨੂੰ ਚਾਹੀਦੀ ਹੈ ਨੀ? ਤੇਰੀ ਆਹ ਜੀਵ ਹੈ ਜਿਹੜੀ ਲਾਪਰ ਲਾਪਰ ਸਾਰਾ ਦਿਨ ਬੋਲਦੀ ਹੈ, ਕੁੱਤੇ ਵਾਂਗੂ ਐਡੀ ਜੀਵ ਲੁਕਾਈ ਰੱਖਦੀ ਹੈ ਤੂੰ? ਆ ਜਾ ਤੂੰ ਵੀ ਮੇਰੇ ਸਿਰ ਤੇ ਬਹਿ ਜਾ ਹੁਣ। ਦੱਸ ਤੈਨੂੰ ਪਤਾ ਹੈ ਨਾਲੇ ਚੰਗਾ ਭਲਾ ਮੈਂ ਤੈਨੂੰ ਬੁਲਾ ਕੇ ਨਹੀਂ ਰਾਜੀ ਹੈਗੀ, ਤਾਂ ਮੈਂ ਉਹਨੂੰ ਕਿਹੜੇ ਵੇਲੇ ਕਹਿਤਾ ਕੁਛ? ਨੀ ਮੈਨੂੰ ਪਤਾ ਹੈ ਵੀ ਤੂੰ ਬੁਲਾ ਕੇ ਰਾਜੀ ਨਹੀਂ, ਪਰ ਆ ਜਦ ਖਤੀਆਂ ਨਾ ਤੂੰ ਕਰਨੋਂ ਹਰਦੀ ਨਹੀਂ, ਤੂੰ ਬਾਜ ਆ ਜਾ ਆਪਦੀਆਂ ਹਰਕਤਾਂ ਤੋਂ। ਲੈ ਕਹਿੰਦੇ ਇੱਥੇ ਇੱਕ ਨੂੰ ਕੋਈ ਉਹਨੇ ਊਤੀ ਆਵਾ, ਸਾਰੇ ਟੱਬਰ ਹੀ ਇੱਕ ਪਾਸੇ ਹੋ ਜਾਂਦਾ। ਊਤ ਆਵਾ ਤੇਰੇ ਜੰਮਣ ਵਾਲਿਆਂ ਦਾ ਹੋਊਗਾ, ਖਬਰਦਾਰ ਹੋ ਜਾਈ ਜੇ ਮੇਰੇ ਜਵਾਕਾਂ ਨੂੰ ਐ ਬੋਲੀ ਹੈ। ਬਈ ਮੈਂ ਤਾਂ ਕੁਛ ਕਿਹਾ ਨਹੀਂ, ਉਹਨੂੰ ਪੁੱਛ ਲਓ ਆਪਦੀ ਨੂੰ ਵੀ ਉਹਨੂੰ ਕਿਹਨੇ ਕਿਹਾ। ਮੈਂ ਤੇਰੇ ਮੂੰਹ ਤੇ ਲਿਆਉ, ਕਿਹਾ ਤਈ ਹੋਊ ਨਾਲੇ। ਮੇਰੇ ਘਰੇ ਨਾ ਲੈ ਕੇ ਆਵੀ, ਜਿੱਥੇ ਮਰਜ਼ੀ ਉਹਨੂੰ ਬਾਹਰ ਪੁੱਛ ਲੈ, ਮੇਰੇ ਘਰੇ ਨਾ ਆਵੇ। ਮੇਰੀ ਗੱਲ ਸੁਣ, ਘਰ ਤੈਨੂੰ ਮੈਂ ਬੰਨ ਕੇ ਦਿੱਤਾ, ਤੇਰੀ ਮਾਂ ਨੇ ਨਹੀਂ ਪਾ ਕੇ ਦਿੱਤਾ, ਆਊਗੀ ਤਾਂ ਇੱਥੇ ਤੇਰੇ ਮੂੰਹ ਤੇ ਗੱਲ ਕਰਾਉ ਮੈਂ। ਲੈ ਬੀਬੀ ਤੂੰ ਵਾਲ ਹੀ ਨਹੀਂ ਸਿਰ ਤੇ ਚੜੀ ਜਾਂਦੀ ਮਾਂ ਮਾਂ ਕਰਕੇ, ਨਾਲੇ ਪੇਕੇ ਪੇਕੇ ਕਰਕੇ। ਕਿਉਂ ਹੈ ਉਹਨਾਂ ਨੇ ਕੀ ਮਾੜਾ ਕਰਤਾ, ਅੱਡੀ ਦੰਗੜ ਵਰਗੀ ਪਾਲ ਕੇ ਦੇਤੀ। ਨੀ ਆਹੀ ਮਾੜਾ ਕਰਤਾ ਨੀ ਜਿਹੜੀ ਤੂੰ ਮੇਰੇ ਪੱਲੇ ਪਾਤੀ, ਨੀ ਕੋਈ ਚੱਜ ਦੀ ਹੁੰਦੀ, ਚੱਜ ਦੇ ਸੰਸਕਾਰ ਦਿੱਤੇ ਹੁੰਦੇ ਤੇਰੀ ਮਾਂ ਨੇ। ਮੈਂ ਚੱਜ ਦੀ ਨਹੀਂ ਹੈਗੀ, ਹੋਰ ਮੇਰੇ ਜਵਾਕ ਆਏ ਮੇਰੀ ਮੁੱਠੀ ਚ ਸੀ ਨੀ, ਜਿੱਦੇ ਦੀ ਤੂੰ ਆਈ ਆ ਨਾ ਐਡਾ ਪਾੜ ਪਵਾਤਾ, ਮੇਰੇ ਕੋਲੇ ਕਾਲੇ ਮੂੰਹ ਵਾਲੀ ਨੇ। ਮਾਂ ਆ ਪਵਾੜੇ ਇਹਨੇ ਨੀ ਪਵਾੜੇ ਤਿੰਨੇ ਪਾ ਰੱਖੇ ਨੇ ਸਾਰੇ ਘਰ ਚ। ਲੈ ਜਿਹੜਾ ਕੋਈ ਜੀ ਹੈ
ਮੇਰੇ ਸਿਰ ਚੜ ਜਾਂਦਾ ਵੀ ਮੈਂ ਕੀ ਪਵਾੜੇ ਪਵਾਤੇ। ਸਾਰਾ ਕੁਛ ਤਾਂ ਤੂੰ ਇਹਨਾਂ ਨੂੰ ਖਵਾਈ ਜਾਂਦੀ ਹੈ, ਪਵਾੜੇ ਤਾਂ ਪੈਣਗੇ। ਲੈ ਵੀ ਕੀ ਮੈਨੂੰ ਗੁਲਗੁਲੇ ਖਵਾਉਂਦੀ ਹੈ ਇਹ ਲਾ ਲਾ ਕੇ। ਮੈਨੂੰ ਸਾਰਾ ਪਤਾ ਭਾਬੀ। ਵੇ ਪਤਾ ਹੈ ਨਾ ਤੇ ਪਤਾ ਰਹਿਣ ਦੇ, ਕੀ ਖਵਾਤਾ ਦੱਸ ਮੈਨੂੰ। ਹੈ ਇੱਧਰ ਹੋ ਨੀ, ਕਿਵੇਂ ਪੜੇ ਮੇਰੀ ਗੱਲ ਸੁਣ ਲੈ, ਨਾਲੇ ਤੀਵੀਆਂ ਦੇ ਮਗਰ ਨਾ ਲੱਗਿਆ ਕਰੋ। ਕਿਹਨੂੰ ਖਵਾਤਾ ਮੈਂ ਘਰਾਂ ਦੱਸ ਮੈਨੂੰ। ਆਹ ਤੇਤੋਂ ਪੈਸੇ ਨੀ ਲੈਂਦੀ। ਵੇ ਕੋਈ ਤੁਹਾਨੂੰ ਨੀ ਲੈਂਦੀ ਮੈਥੋਂ ਇਹ। ਵੇ ਮੇਰੀ ਗੱਲ ਸੁਣ, ਕੀ ਗੱਲ? ਮੈਂ ਆਪਦੇ ਅੱਖਾਂ ਨਾਲ ਦੇਖਿਆ, ਮੈਂ ਇੱਥੇ ਮੰਗਣ ਵਾਲੀ ਆ। ਹੈ ਇੱਥੇ ਮੈਂ ਭੀਖ ਮੰਗਦੀ ਆ ਬੈਠੀ, ਪੈਸੇ ਨੀ ਲੈਂਦੀ? ਤੇਤੋਂ ਮੇਰਾ ਘਰ ਹੈ, ਮੇਰੀ ਮਾਂ ਹੈ, ਸਭ ਕੁਛ ਹੈ, ਹੱਦ ਹੋ ਗਈ ਹੈ। ਮੇਰੀ ਗੱਲ ਸੁਣ ਲਓ, ਨਾ ਮੈਂ ਪੈਸੇ ਇਹਨੂੰ ਦੇ ਸਕਦੀ ਹਾਂ, ਨਾ ਪੈਸੇ ਦੇ ਸਕਦੇ ਹਾਂ ਸੋਨੂੰ। ਬੇਬੀ ਰਾ ਸੋਨੂੰ ਤਾਂ ਮੈਂ 5-5 ਕਿੱਲੇ ਸਮਾਤੇ। ਹੈਂ ਅੱਧਾ ਕਿੱਲਾ ਤੇਰੇ ਹਿੱਸੇ 'ਚ ਰੱਖਿਆ, ਅੱਧਾ ਕਿੱਲਾ ਇਹਦੇ ਹਿੱਸੇ 'ਚ ਰੱਖਿਆ। ਤੁਹਾਡੇ ਉਹੀ ਰਲ ਕਰਾ, ਮੇਰੇ ਕੋਲ ਤਾਂ ਕਿੱਲੇ ਦਾ ਠੇਕਾ ਆਉਂਦਾ, ਤੇਰੇ ਕੋਲ 5 ਕਿੱਲਿਆਂ ਦਾ ਠੇਕਾ ਆਉਂਦਾ, ਤੇ ਆਪਦਾ ਕੰਮ ਧੰਦਾ ਵੀ ਕਰਦਾ ਹੈ। 5 ਕਿੱਲਿਆਂ ਦਾ ਠੇਕਾ ਇਹਦੇ ਕੋਲ ਆਉਂਦਾ, ਇਹਦਾ ਖਸਮ ਵੀ ਇਹਨੂੰ ਚੜੇ ਮਹੀਨੇ ਤਨਖਾਹ ਭੇਜਦਾ, ਤੇ ਮੈਂ ਕਿਹੜੇ ਖੂਹ 'ਚ ਜਾਵਾਂ? ਮੇਰੇ 1500 ਪਿਲਸਣ ਆਉਂਦੀ ਹੈ ਕਿੱਲੇ ਦਾ ਠੇਕਾ। ਮੇਰੀ ਗੱਲ ਸੁਣ, ਐ ਕਰ, ਅੱਧਾ ਕਿੱਲਾ ਮੈਂ ਹੋਰ ਦਿੰਨੀ ਆ ਮਾਂ ਨੂੰ, ਅੱਧਾ ਕਿੱਲਾ ਤੁਸੀਂ ਦੇਵੋ। ਤੂੰ ਦੇਈ ਚੱਲ ਕਿੱਲੇ, ਮੈਂ ਨੀ ਦਿੰਦਾ ਹੈਗਾ ਹੁਣ ਮੁੜ ਕੇ ਕਿੱਲੇ ਮਾਤਾ ਨੂੰ। ਮਾਤਾ ਤੂੰ ਦੇਂਗੀ ਪੈਸੇ ਜਿਵੇਂ ਇਹਨੂੰ ਦਿੰਨੀ ਆ? ਹੈਪੀ ਨੇ ਦੱਸਿਆ ਮੈਨੂੰ। ਓ ਕੇ ਬੈਂਕ ਤੇ ਬੈਠੀ ਹੈ ਹੈਪੀ ਵੀ ਨਾ, ਐਡੀ ਕੋਈ ਸੱਚੀ ਸਵਿਤਰੀ ਹੈਪੀ ਨਹੀਂ, ਹੈਪੀ ਤਾਂ ਇਹਦੀ ਵੀ ਮਾਂ ਹੈ, ਇਹ ਤਾਂ ਵੀ 4 ਚੰਦੇ ਉੱਤੋਂ ਦੀ ਆ ਹੈਪੀ। ਕੋਈ ਨੀ ਘੱਟ ਪੁੱਤ, ਜਦੋਂ ਦੇ ਤੁਸੀਂ ਆ ਤੀਵੀਆਂ ਦੀਆਂ ਉਂਗਲਾਂ ਤੇ ਚੜੇ ਹੋ ਨਾ, ਉਦੋਂ ਦੀ ਘਰ ਖਰਾਬ ਹੋਏ ਨੇ। ਨਹੀਂ ਆਪਣੇ ਵਰਗਾ ਰਾਜਾ ਕੌਣ ਸੀ? 11 ਕਿੱਲੇ ਬਾਹਣ ਦੇ, ਇੱਕ ਥਾਂ ਤੇ ਕਮਾਈ ਆਉਂਦੀ ਸੀ, ਦੋਏ ਭਾਈ ਤੁਸੀਂ ਨੌਕਰੀਆਂ ਕਰਦੇ ਸੀ, ਤੁਸੀਂ ਤਾਂ ਰਹਿ ਗਏ ਤੀਵੀਆਂ ਦੇ ਚਮਚੇ ਭਰ ਕੇ। ਵੇ ਆ ਮੈਨੂੰ ਜੋ ਮਰਜ਼ੀ ਕਹੀ ਜੇ ਮਾਂ, ਚਾਹੇ ਥੱਪੜ ਮਾਰ ਲੈ, ਮੈਂ ਤਾਂ ਕਦੇ ਤਾਂ ਨੀ ਬੋਲੀ। ਵੇ ਤੇਰੇ ਵਾਲੀ ਨੂੰ ਮਾੜਾ ਜੇ ਕੋਈ ਗੱਲ ਕਹਿ ਦੇ ਤਾਂ ਉਹਦੇ ਸਿਰ ਦੇ ਵਾਲਾਂ ਨੂੰ, ਤੇ ਉਹ ਕਹਿੰਦੀ ਮੈਂ ਜੁੰਡੇ ਪੱਟ ਦੂੰ ਬੁੜੀ ਦੇ, ਬੁੜੀ ਤੋਂ ਬਿਨਾਂ ਕਦੇ ਬੋਲੀ ਨੀ। ਭਾਬੀ ਉਹ ਜਿੱਦਾਂ ਦੀ ਵੀ ਹੈਗੀ ਆ, ਹੈਗੀ ਤਾਂ ਮੇਰੀ ਘਰ ਵਾਲੀ ਨਾ। ਵੀ ਜਿੱਦਾਂ ਦੀ ਹੈਗੀ ਨੂੰ ਕੋਈ ਹੈਂਡੀਕੈਪਟ ਹੈ ਉਹ ਦੱਸ। ਜੀ ਚੁੱਪ ਕਰ ਜਾਓ ਤੁਸੀਂ, ਮੈਂ ਸਾਰੀਆਂ ਗੱਲਾਂ ਸੁਣੀਆਂ ਦੀਦੀ, ਮੈਨੂੰ ਮਾਫ ਕਰ ਦਿਓ, ਮੈਨੂੰ ਨਾ ਗਲਤ ਫਹਿਮੀ ਹੋ ਗਈ ਸੀ ਠੇਕੇ ਨੂੰ ਲੈ ਕੇ। ਮੈਂ ਤਾਂ ਪਹਿਲੀ ਕਿਹਾ ਸੀ ਵੀ ਭਾਈ 5-5 ਕਿੱਲੇ ਸਾਨੂੰ ਦੋਈ ਥਾਈ ਵੰਡ ਕੇ ਦੇ ਤੇ, ਮੈਂ ਤਾਂ ਅੱਧਾ ਕਿੱਲਾ ਤੇਰੇ ਹਿੱਸੇ 'ਚੋਂ ਰੱਖਿਆ, ਅੱਧਾ ਕਿੱਲਾ ਇਹਦੇ ਹਿੱਸੇ 'ਚੋਂ ਰੱਖਿਆ। ਉਹ ਵੀ ਐਂ ਰੱਖ ਲਿਆ ਵੀ ਚੱਲ ਨਾਲੇ ਆਪਦੀ ਦਵਾਈ ਬੂਟੀ ਵੀ ਆਉਂਦੀ ਹੈ, ਭਾਈ ਕੱਪੜਾ ਲੀੜਾ ਵੀ ਚਾਹੀਦਾ, ਤੇ ਸੋਨੂੰ ਮੈਂ ਕਹਿੰਦੀ ਨੀ ਮੇਰੀ ਧੀ ਨੂੰ ਵੀ ਸੂਟ ਦੇ ਦਿੰਦੀ ਹਾਂ ਮੈਂ 6ਵੇਂ ਮਹੀਨੇ। ਕਦੇ ਸੋਨੂੰ ਬੋਈਏ ਸੰਧਾਰੇ ਨੂੰ ਕਿਹਾ ਮੇਰੀ ਧੀ ਦੇ ਨੂੰ? ਹੁਣ ਅੱਗੇ ਤੋਂ ਐਂ ਕਰਾਂਗੇ, ਸੂਟ ਵੀ ਦੇਣ ਦਿਆਰ, ਜੋ ਵੀ ਲੋਹੜੀ ਦੀਵਾਲੀ ਆਊਗੀ ਆਪਾਂ ਦੇਵਾਂਗੇ, ਤੇ ਨਾਲੇ ਮੰਮੀ ਨੂੰ ਜ਼ਮੀਨ ਹੋਰ ਦੇਣੀ ਹੈ, ਅੱਧਾ ਅੱਧਾ ਕਿੱਲਾ ਆਪਾਂ। ਹਾਂ ਮਾਂ ਜ਼ਮੀਨ ਤੁਹਾਨੂੰ ਦੇਵਾਂਗੇ। ਲੈ ਮੈਂ ਜ਼ਮੀਨ ਕਰਨੀ ਕੀ ਹੈ, ਜ਼ਮੀਨ ਸੋਡੀ, ਤੁਸੀਂ ਜ਼ਮੀਨ ਦੇ, ਮੇਰੇ ਨਾਲ ਤਾਂ ਐਂ ਹੱਸ ਕੇ ਰਹਿ ਲਿਆ ਕਰੋ, ਮੈਨੂੰ ਤਾਂ ਉਹੀ। ਫਿਰ ਹੁਣ ਸੱਪ ਕੰਜ ਲਾਇਆ ਕਰੂਗਾ, ਅਸੀਂ ਆਪੇ ਦੇਵਾਂ ਕਰਾਂਗੇ ਸੂਟ ਨੂੰ। ਚੰਗਾ ਤੁਹਾਡੀ ਧੀ ਨੀ ਸਾਡੀ ਭੈਣ ਹੈ, ਨਣ ਦੇਗੀ। ਹਾਂ ਭੈਣ ਹੀ ਆ, ਮੇਰਾ ਭੈਣ ਤਾਂ ਇਹਦੀ ਹੈ, ਛੋਟੀ ਹੈ ਨਣ ਤਾਂ। ਚਲੋ ਭੈਣ ਬਸ ਉਹਨੂੰ ਕਹਿ ਰਿਹਾ ਕਰੋ, ਰੱਖੜੀ ਵੇਲੇ ਬੁਲਾ ਲਈ, ਧੀਆਂ ਵੇਲੇ, ਧੀਆਂ ਵੇਲੇ ਰੱਖੜੀਆਂ ਲਵੀ ਹੁੰਦੀਆਂ ਨੇ, ਦੀਵਾਲੀ ਵੇਲੇ ਉੱਥੇ ਜਾਏ, ਹੋਰ ਮੈਂ ਕੀ ਭਾਲਦੀ ਆ। ਸਹੀ ਗੱਲ ਆ, ਬਸ ਉਹਨੂੰ ਮਿਲ ਕੇ ਲਿਆ ਕਰੋ। ਹੁਣ ਧੀਆਂ ਨੇ ਤਿਆਰ ਹੋ ਜੀ, ਸੂਟ ਦੋ ਤੂੰ ਕਰ ਲਈ ਤਿਆਰ, 2 ਦਿਨ ਮੈਂ ਕਰ ਲੂੰਗਾ। ਮੈਂ ਵੀ ਦਵਾ ਦੂੰਗਾ 5, ਠੀਕ ਹੈ? ਬਸ ਕਰੋ, ਐਨਾ ਵੀ ਨਹੀਂ ਬਾਹਲਾ ਉਹ ਕਰਿਆ ਕਰਦੇ, ਇੱਕ ਸੂਟ ਬਹੁਤ ਹੈ, ਦੋਏ ਜਾਣੀਆਂ, ਇੱਕ ਸੂਟ ਲੈ ਜਾਓ ਚੱਜ ਦਾ। ਚੰਗਾ ਠੀਕ ਹੈ ਮੰਮੀ। ਲੋ ਜੀ ਦੋਸਤੋ, ਅਸੀਂ ਹੁਣੇ ਹੁਣੇ ਜਿਹੜੀ ਫਿਲਮ ਕਰੀ ਆ, ਤਾਂ ਤੁਸੀਂ ਸਾਨੂੰ ਦੱਸਿਓ ਕਿਵੇਂ ਲੱਗੀ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ, ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਹਰਮਨ ਬਾਠ।